ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਹਿੰਦੇ ਨੇ ਵੀ ਆਉਂਦੀ ਵਿਸਾਖੀ ਨੂੰ ਮੰਜੇ ਬਿਸਤਰੇ ਇਕੱਠੇ ਕਰਨੇ ਆ ਪਰ ਜਿਨ੍ਹਾਂ ਨੇ ਮੰਜੇ ਬਿਸਤਰੇ ਇਕੱਠੇ ਕਰਨੇ ਉਹਨਾਂ ਨੂੰ ਮੈਂ ਦੋ ਮੰਜਿਆਂ ਤੇ ਜੋੜ ਕੇ ਇਕੱਠੇ ਕਰਕੇ ਬਿਠਾ ਲਿਆ ਆ ਤੇ ਇੱਧਰ ਨੂੰ ਕਰ ਦਿਓ ਕੈਮਰਾ ਤੇ ਪਹਿਲਾਂ ਕੈਮਰੇ ਤੇ ਸਾਰੇ ਘੁਮਾ ਦਿਓ ਵੀ ਜਿੰਨੇ ਕਰਦਾਰ ਨੇ ਸਾਰਿਆਂ ਨੂੰ ਮੈਂ ਇਕੱਠੇ ਕਰ ਲਿਆ ਯਾਰ ਹੱਸ ਕੇ ਦਿਖਾ ਦਿਓ ਲਓ ਜੀ ਵੈਸੇ ਮੰਜਿਆਂ ਦੇ ਉੱਤੇ ਪੂਰੇ ਅਸੀਂ ਆਏ ਨਹੀਂ ਹੈਗੇ ਇਸ ਕਰਕੇ ਪਿਛਲੀ ਟੀਮ ਆ ਜਿਹੜੀ ਉਹ ਬਿਨਾਂ ਮੰਜਿਆਂ ਤੋਂ ਆ ਉਹ ਵਿਚਾਰੇ ਖੜੇ ਨੇ ਹਾਂ ਇਹ ਤਾਂ ਹੀ ਹੱਸੀ ਇਸ ਕਰਕੇ ਜਿੰਨਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਪਹਿਲਾਂ ਹੀ ਬਿਠਾ ਰਿਆ ਸੀ ਜਗ੍ਹਾ ਦੇਖ ਕੇ ਹੋਣਾ ਚਾਹੀਦਾ ਜੀ ਮੰਜੇ ਤੋਂ ਪੁੱਛ ਕੇ ਦੇਖੋ ਮੰਜਾ ਭੂਆ ਭੂਆ ਕਰਨ ਲੱਗਿਆ ਪਿਆ ਅੱਛਾ ਜੀ ਤੁਸੀਂ ਖਿੜਿਆ ਜਿਹਾ ਫਿਰੋਜੀ ਜਿਹੇ ਰੰਗ ਦਾ ਕੁੜਤਾ ਪਜਾਮਾ ਪਾਇਆ ਆ ਕਿਵੇਂ ਦਾ ਲੱਗ ਰਿਹਾ ਇਦਾਂ ਦਾ ਕੁੜਤਾ ਪਜਾਮਾ ਪਾ ਕੇ ਫਿਰੋਜੀ ਜਿਹਾ ਲੱਗ ਰਿਹਾ ਮੰਜਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇਦਾਂ ਦਾ ਚਮਕੀਲੇ ਜਿਹੇ ਰੰਗ ਦਾ ਕੁੜਤਾ ਪਜਾਮਾ ਪਾ ਬਾਬਾ ਬੋਲ ਦੱਸ जवाब दाड़ी चो मैनू बहुत वधिया लग रहा जी ये साडी कॉस्ट्यूम मंजे बिस्तरे दियां ने सिवा मंजे बिस्तरे दे रंग ने जी सारे जाने जिन्ने भी खड़े ने सो फिल्म साडी 14 तरीक नू आ रही है बाकी जलवे तुसीं फिल्म च देखणे ने कई सूट दे मंजे ने कई दरबार वाले भी खड़े आ पहला ਤੁਸੀਂ ਨਾ ਮਾਈਕ ਇਹਨਾਂ ਨੂੰ ਦੋ ਇਹਨਾਂ ਮਾਈਕ ਜੇ ਉਹਨਾਂ ਨੂੰ ਦੇਦਾ ਫਿਰ ਤਾਂ ਉਹਨੇ ਜਮਾ ਹੀ ਨਹੀਂ ਬੋਲਣ ਦੇਣਾ ਇਹ ਛੋਟੇ ਕੈਮਰੇ ਵਾਲਾ ক্লোਜ਼ ਅਪ ਥੋੜਾ ਵੀ ਇੱਥੋਂ ਨੇੜੇ ਕਰਕੇ ਕਰੂੰ ਇਹ ਤਾਂ ਚਾਹੇ ਦੋ ਕੋਟੋ ਲੈ ਜਾ ਬੀਬਾ ਉੱਥੇ ਵੀ ਆਉਂ ਅੱਛਾ ਪਹਿਲਾਂ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਜਿੱਦਾਂ ਦਾ ਤੁਸੀਂ ਹੁਣ ਬੋਲ ਰਹੇ ਹੋ ਇਦਾਂ ਦਾ ਹੀ ਕਿਰਦਾਰ ਆ ਤੁਹਾਡਾ ਫਿਲਮ ਦੇ ਵਿੱਚ ਤੇ ਇਹਦੀ ਪ੍ਰੈਕਟਿਸ ਕੀਤੀ ਸੀ ਜਾਂ ਮਤਲਬ ਲੈ ਓਏ ਉਮਰ ਹੀ ਇੰਨੀ ਆ ਸੀ ਜਦੋਂ ਮੈਂ ਉਹ ਜਦੋਂ ਅੱਜੇ ਕਿੱਥੇ ਚੋਂ ਬਲੂੰਗੜੀ ਜੀ ਜਦੋਂ ਅੱਜੇ ਕੰਨੇ ਤੇ ਮਨੀ ਕੇ ਚਲੇ ਜਾਂਦੇ ਹੁੰਦੇ ਸੀ ਐਂ ਜਲੇ ਬੀਆਂ ਬਣਾਉਣ ਸਾਈਕਲ ਤੇ ਉਹ ਕਿਉਂ ਝੂਠ ਮਾਰਦਾ ਬਾਬਾ ਰਾਜ ਪਹਾੜ ਨਦੀਆਂ ਕਿੰਨਾ ਕੁਝ ਪੈਂਦਾ ਓਏ ਇਹ ਤਾਂ ਹਜੇ ਗੱਲ ਬਣੇ ਨਾ ਮੈਂ ਤਾਂ ਪੁਰਾਣੇ ਟਾਈਮਾਂ ਦੀ ਗੱਲ ਕਰਦਾ ਹਾਂ ਸੁਣ ਲੋਗ ਆਪ ਅੱਛਾ ਫਿਲਮ ਦੇ ਜਿੰਨੇ ਸਾਰੇ ਡਾਇਲੌਗਸ ਨੇ ਪਹਿਲੀ ਗੱਲ ਤਾਂ ਮੈਂ ਟ੍ਰੇਲਰ ਦੀ ਗੱਲ ਕਰੂੰਗੀ ਜਦੋਂ ਟ੍ਰੇਲਰ ਸੋਦੇ ਹੁਣ ਤੱਕ ਮੈਂ ਲਾਈਕਸ ਦੇਖੇ ਨੇ ਵਿਊਜ਼ ਦੇਖੇ ਨੇ 52 ਲੱਖ ਪਲੱਸ ਹੋ ਗਏ ਨੇ ਜੀ ਔਰ ਕਮੈਂਟ ਵੀ ਬੜੇ ਵਧੀਆ ਨੇ ਹਨਾ ਜੀ ਤੇ ਟ੍ਰੇਲਰ 52 ਲੱਖ ਹੋ ਗਏ ਲੈ ਯਾ ਜਾ ਹੁਣ ਦੱਸੋ ਮੈਂ ਦੇਖ ਕੇ ਆਈ ਸੀ ਮੈਂ ਸਪੈਸ਼ਲੀ ਤੁਹਾਨੂੰ ਦੱਸਣਾ ਸੀ ਵੀ ਇੰਨੇ ਹੋ ਗਏ ਨੇ ਤੇ ਜੋ ਟ੍ਰੇਲਰ ਦੇ ਵਿੱਚ ਤੁਸੀਂ ਚੀਜ਼ਾਂ ਕਿਵੇਂ ਚੁਣ ਚੁਣ ਕੇ ਪਾਈਆਂ ਕਿ ਲੋਕੀ ਇੰਨੇ ਕੁ ਅਟਰੈਕਟ ਹੋ ਗਏ ਔਰ 14 ਅਪ੍ਰੈਲ ਤੋਂ ਮਿਲਦਾ ਪਹਿਲਾਂ ਦੀ ਵੇਟ ਕਰ ਰਹੇ ਕਿ ਹਫਤਾ ਪਹਿਲਾਂ ਹੀ ਫਿਲਮ ਰਿਲੀਜ਼ ਕਰ ਦਿੱਤੀ ਜਾਵੇ ਉਹਦੇ ਕਿੱਦਾਂ ਡਾਇਲੌਗ ਤੁਸੀਂ ਸੋਚੇ ਵੀ ਇਹ ਬੰਦੇ ਨੂੰ ਇੱਥੇ ਫਿੱਟ ਕਰਨਾ ਹੈ ਇਹਦਾ ਡਾਇਲੌਗ ਇੱਥੇ ਫਿੱਟ ਕਰਨਾ ਹੈ ਨਹੀਂ ਐਕਚੁਅਲੀ ਮੈਂ ਤਾਂ ਬੰਦੇ ਹੀ ਫਿੱਟ ਕੀਤੇ ਸੀਗੇ ਜੀ ਉਹ ਗਾਂ ਐਸੇ ਫਿੱਟ ਹੋਏ ਐਸੇ ਚਿਪਕੇ ਹਲੇ ਤਾਂ ਤੁਸੀਂ ਹਿਸਾਬ ਲਾਓ ਜੀ ਕਈ ਬੰਦਿਆਂ ਕੋਲੇ ਟਾਈਮ ਘੱਟ ਸੀ ਸੋ ਮੈਨੂੰ ਇਹ ਲੱਗਦਾ ਵੀ ਜੇ ਇਹਨਾਂ ਕੋਲ ਪੂਰਾ ਟਾਈਮ ਹੁੰਦਾ ਇਹਨਾਂ ਨੇ ਕਿਸੇ ਨੂੰ ਬੋਲਣ ਨਹੀਂ ਦੇਣਾ ਬਾਬਾ ਜੀ ਕੋਲ ਟਾਈਮ ਘੱਟ ਸੀ ਤੇ ਸਾਊਂਡ ਵਾਲੇ ਸਰੀਲੇ ਕੋਲੇ ਟਾਈਮ ਘੱਟ ਸੀ ਸੋ ਇਹਨਾਂ ਨੇ ਉਹ ਗਾਹ ਪਾਇਆ ਘੱਟ ਟਾਈਮ 'ਚ ਸੋ ਜਿਨ੍ਹਾਂ ਕੋਲੇ ਵੱਧ ਟਾਈਮ ਹੋਊਗਾ ਉਹਨਾਂ ਨੇ ਕੀ ਕੀਤਾ ਹੋਊਗਾ ਇਹਦੀ ਫਿਲਮ 'ਚ ਅਸੀਂ ਸੀਰੀਅਲ ਵਾਲੇ ਐਕਟਰ ਤੇ ਫਿਲਮਾਂ ਦੇ ਵਿੱਚ ਸਾਡਾ ਸਰਦਾ ਨਹੀਂ ਹੈ 3 ਘੰਟੇ 'ਚ ਜਾਂ 2 ਘੰਟੇ 'ਚ ਫਿਲਮ ਸਾਡੇ ਤੋਂ ਪੂਰੀ ਨਹੀਂ ਹੁੰਦੀ ਅਸੀਂ ਤਾਂ ਇਹ ਫਿਲਮ ਵਧਾ ਕੇ ਘੱਟੋ ਘੱਟ 7-8 ਘੰਟੇ ਦੀ ਬਣਾਉਣੀ ਸੀ ਲੈ ਦੇਖ ਲਓ ਜੀ ਇਹ ਤਾਂ ਮੈਂ ਫਿਲਮ ਕਾਜੀ ਅਸੀਂ ਤਾਂ ਮਹਾਭਾਰਤੀ ਬਣਾਉਣ ਲੱਗੇ ਸੀ ਹੁਣ ਵੀ ਤੁਸੀਂ ਘੱਟ ਗੁਜ਼ਾਰਨੀ ਆ ਫਿਲਮ ਰਿਲੀਜ਼ ਹੋ ਲੈਣ ਦੋ ਜੇ 10 ਵਾਲੇ ਬਣਾਉਣੋਂ ਹਟ ਗਏ ਨਾ 1 2 3 4 ਔਰ ਇਹ ਬੋਝੋ ਕੱਲ ਮਾਹੀ ਨਾ ਤੋੜਦੀ ਮੰਜੇ ਦੀ ਤੂੰ ਤਾਂ ਮੇਰੇ ਪਿੱਛੇ ਪਿਆਰ ਨਾ ਮੇਰੇ 2 ਬਣੂਗੀ ਮੰਜੇ ਵਿਸਤਰੇ 2 4 5 ਹੁਣ ਦੇ ਹੁਣ ਦੇ ਕੀ ਅੱਛਾ ਫਿਲਮ ਦੇ ਵਿੱਚ ਮੰਜੇ ਬਿਸਤਰੇ ਤਾਂ ਬਣਾ ਲਿਆ ਹੈ ਦੱਸ ਸੋਫਾ ਕਦੋਂ ਬਣਾਏਗਾ ਸੋਫਾ ਤਾਂ ਅਰੇ ਸੋਫਾ ਤਾਂ ਮੈਂ ਪਹਿਲਾਂ ਹੀ ਇੱਕ ਤਾਂ ਇੰਡਾ ਵੱਡਾ ਮੰਜਾ ਵਾ ਪੂਰੇ ਕਮਰੇ ਜਿੱਡਾ ਉਹ ਮੇਰੇ ਲਈ ਬਣਾਇਆ ਉਹਨਾਂ ਨੇ ਮੈਂ ਤਾਂ ਆਪ ਨੁੱਕਰ ਜੇ ਲਾ ਕੇ ਬੈਠੀ ਹਾਂ ਤੁਹਾਨੂੰ ਜਗ੍ਹਾ ਜ਼ਿਆਦਾ ਦਿੱਤੀ ਹੈ ਇਹ ਤਾਂ ਇਹਦੀ ਨਜ਼ਰਾਂ ਨੇ ਇਹਨੂੰ ਖਾ ਲਿਆ ਨਹੀਂ ਇਹ ਬਹੁਤ ਤਕੜੀ ਸੀ ਉਹ ਤੂੰ ਤਾਂ ਵੱਡੇ ਮੰਜੇ 'ਚ ਵੀ ਕੱਚ ਪੈਂਦਾ ਹੋ ਤੈਨੂੰ ਤਾਂ ਮੰਜਾ ਅੱਛਾ ਫਿਲਮ ਦੇ ਵਿੱਚ 25 ਕਿਰਦਾਰ ਨੇ ਔਰ ਸਾਰੇ ਨੌਨ ਫੇਸ ਨੇ ਜਿਨ੍ਹਾਂ ਨੂੰ ਸਾਰੇ ਪੰਜਾਬ ਵਾਲੇ ਜਾਣਦੇ ਨੇ ਇਹ ਕਿਰਦਾਰ ਤੁਸੀਂ ਕਿਵੇਂ ਸੋਚੇ ਵੀ 25 ਕਿਰਦਾਰ ਲੈਣੇ ਯਾਰ ਬਹੁਤ ਔਖੀ ਗੱਲ ਆ ਔਰ ਉਹਨਾਂ ਨੂੰ ਮੇਨਟੇਨ ਕਰਨਾ ਹਰ ਇੱਕ ਨੂੰ ਉਹਦਾ ਸਬਜੈਕਟ ਇਹ ਤਾਂ ਜੀ ਮੈਂ ਜਾਣੇ ਤੇ ਮੇਰਾ ਰੱਬ ਵੀ ਮੇਰੇ ਨਾਲ ਕੀ ਬੀਤੀ ਤੁਸੀਂ ਹਿਸਾਬ ਲਾ ਲਓ ਆ ਅਸੀਂ ਤਾਂ ਮੈਂ ਤੇ ਸੋਨਮ ਤਾਂ ਉਹੀ ਬੈਠੇ ਆ ਹੀਰੋਇਨ ਉਹ ਵੀ ਧੱਕੇ ਨਾਲ ਮੈਂ ਮਾਈਕ ਫੜ ਲਿਆ ਮੈਂ ਤਾਂ 2-4 ਗੱਲਾਂ ਬੋਲ ਗਿਆ ਤਾਂ ਵਿਚਾਰੀ ਚੁੱਪ ਹੀ ਰਹਿੰਦੀ ਆ ਸਾਨੂੰ ਬੋਲਣੇ ਨਹੀਂ ਦਿੰਦੇ ਹੈਗੇ ਜੀ ਆਹੀ ਹਾਲ ਸਾਡੇ ਨਾਲ ਫਿਲਮ 'ਚ ਕੀਤਾ ਇਹਨਾਂ ਨੇ ਇਹ ਤਾਂ ਇਹਨਾਂ ਨੇ ਹਾਸੇ ਦੀ ਗੱਲ ਕਰਤੀ ਮੈਂ ਤੁਸੀਂ ਸਵਾਲ ਸੀਰੀਅਸ ਪੁੱਛਿਆ ਸੀ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਵਰਿੰਦਰ ਜੀ ਹੁੰਦੇ ਸੀਗੇ ਨਾ ਜਿਹੜੇ ਸਾਡੇ ਪੁਰਾਣੇ ਆਤਕ ਉਹ ਉਸ ਟਾਈਮ 'ਚ ਮਰਹੂਮ ਉਹਨਾਂ ਨੂੰ ਨਬਜ਼ ਦਾ ਪਤਾ ਲੱਗ ਗਿਆ ਸੀਗਾ ਕਿ ਆਡੀਅੰਸ ਦੀ ਨਬਜ਼ ਕੀ ਹੈ ਕਿਸ ਤਰ੍ਹਾਂ ਫਿਲਮ ਹਿੱਟ ਕਰਨੀ ਹੈ ਔਰ ਲੋਕਾਂ ਨੂੰ ਪਸੰਦ ਕੀ ਹੈ ਜ਼ਿਆਦਾਤਰ ਕੀ ਹੁੰਦਾ ਹੈ ਕਿ ਡਾਇਰੈਕਟਰ ਔਰ ਪ੍ਰੋਡਿਊਸਰ ਆਪਣੀ ਕਹਾਣੀ ਆਪ ਲਿਆਉਂਦਾ ਇਹ ਬੰਦੇ ਦੇ ਵਿੱਚ ਇਹ ਖਾਸੀਅਤ ਹੈ ਇਹ ਆਡੀਅੰਸ ਦੀ ਨਬਜ਼ ਸਮਝ ਗਿਆ ਇਹਨੂੰ ਪਤਾ ਲੱਗ ਗਿਆ ਕਿ ਫਿਲਮ ਬਣਾਉਣੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਔਰ ਲੋਕਾਂ ਨੂੰ ਕੀ ਚੀਜ਼ ਪਸੰਦ ਹੈ ਇਸ ਕਰਕੇ ਇਹ ਮੰਜੇ ਬਿਸਤਰੇ ਬਣਿਆ ਔਰ ਲੋਕ ਜਿਹੜੇ ਦੇਖਣ ਆਣਗੇ ਉਹਨਾਂ ਨੂੰ ਇਹ ਅਹਿਸਾਸ ਹੋ ਜਾਏਗਾ ਵੀ ਇਹ ਫਿਲਮ ਨਹੀਂ ਅਸਲੀਅਤ ਚੱਲ ਰਹੀ ਹੈ ਇਹ ਪੁਰਾਣੇ ਟਾਈਮ ਦੇ ਵਿੱਚ ਤਾੜੀਆਂ ਹੁਣ
पहला कॉमेडी का दौर चलिया से पंजाबी सिनेमा, सारे ने कॉमेडी फिल्मां बनाउणियां शुरू करतियां। हुण कुछ चेर तो शायद तुहाडे अरदास तो पंजाबी पुराने पंजाब नूं दिखाया जा रहा है, तो हुण लगातार पुराने पंजाब दियां ही फिल्मां बन रही ने, है ना। मंजे बिस्तरे भी उहदे नाल ही रिलेटिड आ कि उस जमाने च भी विआह वेले मंजे बिस्तरे इकट्ठे कीते जांदे? नहीं, इदां दा कुछ नहीं है जी। देखो, मैनूं हमेशा ऐ लगदा जो तुसीं फिल्म बनाउणी आ ना, पहला तो कई कई बनदियां ने फिल्मां ते कई बनते ने प्रोजेक्ट। प्रोजेक्ट ते फिल्म च की फर्क हुंदी आ कि जदों प्रोजेक्ट बनता तो वह हिसाब किताब लाउंदे आ, आह हीरो लै लो, आह हीरोइन लै लो, फिल्म इत्थे शूट कर लीए, फिल्म ऐ कर लीए, ऐ करके पैसे निकले आउणगे, ऐ वह फिल्म नहीं बनती हैगी कदे, है ना। सो फिल्म बनती आ दिल नाल, प्यार नाल। सो उहदे लई हर चीज़ उदां दी चाहिए, पहला कॉन्सैप्ट बनाउणा पैंदा कि कॉन्सैप्ट है की एग्जैक्ट, है ना। सो असीं एक टाइटल लभ्या मंजे बिस्तरे, ब्याहां दे विच मंजे बिस्तरे इकट्ठे करदे सी, की हुंदा सी, किवें किवें चीज़ां चलदियां सी। सो उस चीज़ नूं लैके जिहड़ी चीज़ दी रिक्वायरमेंट सी उही रखी। ये नहीं गा कि पुरानियां फिल्मां चलदियां अरदास चल गई तां हुण ही, अरदास तां बड़ी संजीदा फिल्म सी, जे असीं बणाउंदे तां असीं उदां दी उह बणा लैंदे। सो ये नहीं सी, साडा ये चैप्टर इदां दा सी, जे अगली वारी कोई होर आइडिया आऊ तां उदां दा बणावांगे। ਹੁਣ ਮਾਈਕ ਸੋਨਮ ਬਾਜਵਾ ਜੀ ਨੇ ਦੇ ਦੋ। ਸਤਿ ਸ਼੍ਰੀ ਅਕਾਲ ਸੋਨਮ ਜੀ, ਤੁਸੀਂ ਬੋਲ ਹੀ ਨਹੀਂ ਰਹੇ ਹੋ, ਕੁਝ ਪਿਛਲੇ ਵਾਲੇ ਇੰਨੇ ਬੋਲ ਰਹੇ ਨੇ ਬੋਲਣੇ ਨੂੰ। ਨਹੀਂ ਐਕਚੁਅਲੀ ਇੰਨੇ ਵੱਡੇ ਵੱਡੇ ਆਰਟਿਸਟ ਆ, ਉਹ ਬੋਲ ਰਿਹਾ ਆਪਣੇ ਥੋਟ ਸ਼ੇਅਰ ਕਰ ਰਿਹਾ, ਸੋ ਮੈਂ ਸੁਣ ਰਹੀ ਹਾਂ। ਹੁਣ ਤੁਸੀਂ ਦੱਸੋ, ਤੁਹਾਨੂੰ ਫਿਲਮ ਦੇ ਵਿੱਚ ਵੀ ਚੁੱਪ ਚੁਪੀਤੀ ਕੁੜੀ ਦਾ ਹੀ ਰੋਲ ਆ ਜਾਂ ਥੋੜਾ ਬਹੁਤ ਹੈਗਾ? ਨਹੀਂ, ਉਹ ਤੁਹਾਨੂੰ ਟ੍ਰੇਲਰ ਦੇਖੀ ਨਹੀਂ ਪਤਾ ਲੱਗਿਆ ਜ਼ਿਆਦਾ ਚੁੱਪ ਨਹੀਂ ਕਰਦਾ? ਹਾਂ ਯਾਰ, ਇਦਾਂ ਕਰਕੇ ਇਹ ਬਿਲਕੁਲ ਵੀ ਘੱਟ ਹੈ, ਹੱਥ ਜ਼ਿਆਦਾ ਚੱਕਦਾ। ਅੱਛਾ, ਬਿਲਕੁਲ ਵੀ ਚੁੱਪ ਰਹਿਣ ਵਾਲੀ ਕੁੜੀ ਨਹੀਂ ਆ, ਪਿੰਡ ਦੀ ਆ, ਦੇਸੀ ਆ। ਉਦੋਂ 90s ਦੇ ਟਾਈਮ 'ਚ ਪਿੰਡਾਂ 'ਚ ਜਿੱਦਾਂ ਕਿ ਐਕਸਪੋਜ਼ਰ ਕੁੜੀਆਂ ਨੂੰ ਮਿਲਦਾ ਸੀ ਉੱਦਾਂ ਆ, ਪਰ ਹਾਂ ਵੈਸੇ ਬਹੁਤ ਕੌਨਫੀਡੈਂਟ ਆ, ਜੇ ਉਹਨੂੰ ਕੋਈ ਗੱਲ ਲੱਗਦੀ ਆ ਉਹਨੂੰ ਕਹਿਣੀ ਆ ਤਾਂ ਉਹ ਮੂੰਹ ਫੜ ਜਵਾਬ ਦਿੰਦੀ ਆ। ਤੇ ਕਿੱਦਾਂ ਦਾ ਲੱਗਿਆ ਇੰਨੇ ਸਾਰੇ ਵਧੀਆ ਵਧੀਆ ਆਰਟਿਸਟ ਦੇ ਨਾਲ ਕੰਮ ਕਰਕੇ? ਕਿੰਨਾ ਕੁਝ ਸਿੱਖਣ ਨੂੰ ਮਿਲਿਆ ਜਾਂ ਕਿੰਨਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਬਹੁਤ ਵਧੀਆ, ਬਹੁਤ ਵਧੀਆ। ਮੈਂ ਕਾਫੀ ਲੋਕਾਂ ਨਾਲ ਪਹਿਲਾਂ ਵੀ ਕੰਮ ਕੀਤਾ ਹੈ, ਲੇਕਿਨ ਕੁਛ ਦੇ ਨਾਲ ਪਹਿਲੀ ਵਾਰੀ ਕਰ ਰਹੀ ਸੀ। ਸੋ ਓਬਵੀਅਸਲੀ ਇੰਨੀਆਂ ਫਿਲਮਾਂ ਇਹਨਾਂ ਨੇ ਕੀਤੀਆਂ, ਇੰਨਾ ਐਕਸਪੀਰੀਅੰਸ, ਪੂਰਾ ਪੰਜਾਬ ਇਹਨਾਂ ਨੂੰ ਪਿਆਰ ਕਰਦਾ ਹੈ ਇਹਨਾਂ ਦੇ ਕੰਮ ਲਈ। ਸੋ ਮੈਂ ਵੀ ਬਹੁਤ ਕੁਛ ਸਿੱਖਿਆ। ਫਿਲਮ ਨੂੰ ਜਦੋਂ ਤੁਹਾਨੂੰ ਕਿੰਨੇ ਅਪਰੋਚ ਕੀਤਾ ਸੀ? ਗਿੱਪੀ ਗਰੇਵਾਲ ਨੇ ਕੀਤਾ ਸੀ ਫਿਲਮ ਲਈ ਅਪਰੋਚ ਕਿ ਸੋਨਮ ਨੇ, ਤੇ ਪਹਿਲਾ ਥੋਟ ਕੀ ਸੀ ਮਾਈਂਡ ਦੇ ਵਿੱਚ? ਗਿੱਪੀ ਗਰੇਵਾਲ ਦੇ ਨਾਮ ਨੂੰ ਹਾਂ ਕੀਤੀ ਸੀ ਜਾਂ ਫਿਲਮ ਦੇ ਟਾਈਟਲ ਨੂੰ ਮੰਜੇ ਬਿਸਤਰੇ ਵੀ ਹਾਂ ਵਧੀਆ ਰੋਲ ਹੋਏਗਾ ਮੇਰਾ? ਨਹੀਂ, ਜਦੋਂ ਫੋਨ ਹੀ ਕੀਤਾ ਸੀ ਇਹਨਾਂ ਨੇ ਮੈਨੂੰ ਪਹਿਲਾਂ ਹੀ ਦੱਸਿਆ ਸੀਗਾ ਸਾਡਾ ਇਹ ਕੌਨਸੈਪਟ ਆ, ਔਰ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਕੁੜੀ ਇੱਦਾਂ ਆ, ਔਰ ਸ਼ੀ ਇਜ਼ ਵੈਰੀ ਕੌਨਫੀਡੈਂਟ ਪਿੰਡ ਦੀ ਆ, ਤਾਂ ਉਹਨਾਂ ਦਾ ਇੱਕ ਰਾਈਟਰ ਦਾ ਵੀ ਇੱਕ ਵਿਜ਼ਨ ਹੁੰਦਾ ਹੈ। ਸੋ ਹੀ ਥੋਟ ਆਈ ਫਿਟ ਇਨ ਟੂ ਦੈਟ, ਫਿਰ ਇਹਨਾਂ ਨੇ ਮੈਨੂੰ ਰੇਟ ਕੀਤੀ, ਐਂਡ ਓਬਵੀਅਸਲੀ ਐਵਰੀਬਡੀ ਵਾਂਟਸ ਟੂ ਵਰਕ ਵਿਦ ਹਿਮ, ਤੇ ਦੈਨ ਮੈਂ ਡਿਸਾਈਡ ਕੀਤਾ ਕਿ ਇਟਸ ਅ ਵੰਡਰਫੁਲ ਓਪਰਚੁਨਿਟੀ। ਵਧੀਆ ਰਿਹਾ, ਬਹੁਤ ਜ਼ਿਆਦਾ, ਬਹੁਤ ਬਹੁਤ ਜ਼ਿਆਦਾ। ਤੁਸੀਂ ਦੇਖ ਹੀ ਰਹੇ ਹੋ ਕੀ ਹੁੰਦਾ, ਸੈੱਟ 'ਤੇ ਵੀ ਆਇਓ ਕੁਛ ਹੁੰਦਾ ਸੀਗਾ, ਅਸੀਂ ਬਹੁਤ ਇੰਜੋਏ ਕੀਤਾ। ਔਰ ਤੁਸੀਂ ਆਈ ਥਿੰਕ ਲੋਕਾਂ ਨੂੰ ਐਨਰਜੀ ਦਿਸਦੀ ਆ, ਯੂ ਨੋ, ਉਹ ਦੁਬਈ ਵਾਲੇ ਸ਼ੇਕ ਗਾਣਾ ਦੇਖ ਕੇ ਵੀ ਉਹ ਕਹਿ ਸਕਦੇ ਆ, ਟ੍ਰੇਲਰ ਦੇਖ ਕੇ ਵੀ ਕਹਿ ਸਕਦਾ, ਹੁਣ ਵੀ ਦੇਖ ਸਕਦੇ ਆ ਕਿ ਕਿੰਨੀ ਐਨਰਜੀ ਹੈਗੀ ਆ ਸਾਰਿਆਂ ਦੇ ਵਿੱਚ। ਸੋ ਬਹੁਤ ਇੰਜੋਏ ਕੀਤਾ। ਫਿਲਮ ਦੇ ਵਿੱਚ ਸਭ ਤੋਂ ਵਧੀਆ ਕਿਰਦਾਰ ਤੁਹਾਨੂੰ ਸਭ ਤੋਂ ਵਧੀਆ ਇਹਨਾਂ ਸਾਰਿਆਂ 'ਚੋਂ ਕਿਹਦਾ ਲੱਗਦਾ ਆ? ਕਿਵੇਂ ਕੋਈ ਡਿਸਾਈਡ ਕਰ ਸਕਦਾ? ਇੰਨੇ ਬ੍ਰਿਲੀਅੰਟ, ਕਿੰਨੇ ਬ੍ਰਿਲੀਅੰਟ ਆਰਟਿਸਟ ਹੈਗੇ ਆ, ਬਹੁਤ ਮੁਸ਼ਕਿਲ ਹੈ। ਲੇਕਿਨ ਆਈ ਥਿੰਕ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਰਿਆਂ ਦਾ ਕਿਰਦਾਰ ਬਹੁਤ ਇੰਟਰਸਟਿੰਗ ਆ, ਇਸ ਕਰਕੇ ਟ੍ਰੇਲਰ ਦੇ ਵਿੱਚ ਵੀ ਸਾਰਿਆਂ ਨੂੰ ਦਿਖਾਇਆ ਗਿਆ, ਬਿਕੋਜ਼ ਐਵਰੀ ਕੈਰੇਕਟਰ ਇਜ਼ ਵੈਰੀ ਇੰਟਰਸਟਿੰਗ। ਬਟ ਹੈਟਸ ਆਫ ਟੂ ਕਰਮਜੀਤ ਜੀ, ਜਿਨ੍ਹਾਂ ਨੇ ਨਾ ਮੇਕਅਪ ਜੋ ਲਾਇਆ ਨਾ, ਦਾ ਡੈਡੀਕੇਸ਼ਨ, 2-3 hours ਸਿਰਫ ਲਾਉਣ ਨੂੰ ਲੱਗਦੇ ਸੀ, ਫਿਰ ਪਤਾ ਨਹੀਂ ਕਿੰਨੇ ਘੰਟੇ ਲਾਉਣ ਦੇ ਵਿੱਚ ਲੱਗਦੇ ਸੀ। ਸੋ ਉਹ ਮੈਂ ਮਤਲਬ ਹੈਟਸ ਆਫ ਟੂ ਹਿਮ ਫੋਰ ਦੈਟ ਕਾਈਂਡ ਆਫ ਅ ਡੈਡੀਕੇਸ਼ਨ, ਹਰ ਐਕਟਰ ਨਹੀਂ ਕਰ ਪਾਉਂਦਾ। ਸਾਨੂੰ ਪਤਾ ਹੀ ਨਹੀਂ ਗਾ ਵੀ ਕਿੰਨਾ ਟਾਈਮ ਲੱਗਦਾ ਸੀ, ਕਿਉਂਕਿ ਐਜ਼ ਏ ਪ੍ਰੋਡਿਊਸਰ, ਰਾਈਟਰ ਜਾਂ ਜੋ ਵੀ ਆ, ਅਸੀਂ ਤਾਂ ਸਿਰਫ ਲਾਉਣ ਤੱਕ ਹੀ ਮਤਲਬ ਰੱਖਦੇ ਵੀ ਲੱਗ ਗਿਆ ਕਿ ਉਹਦੇ ਛੇਤੀ ਲਿਆਓ ਵੀ ਛੇਤੀ ਲਿਆਓ, ਜਦੋਂ ਕੰਮ ਖਤਮ ਹੋ ਗਿਆ ਹੈਗਾ ਲਈ ਜਾਵੇ ਅਸੀਂ ਕਿ ਲੈਣਾ ਹੋਣਾ। ਔਰ ਉਹਦੇ 'ਚ ਸਕਿਨ ਖਿੱਚੀ ਰਹਿੰਦੀ ਆ ਤੁਹਾਡੀ, ਔਰ ਉਹਦੇ 'ਤੇ ਲੇਅਰਸ ਆ, ਔਰ ਇਚਿੰਗ ਹੁੰਦੀ ਆ। ਬਟ ਉਹਨਾਂ ਨੇ ਜਦੋਂ ਸੈੱਟ 'ਤੇ ਆਉਂਦੇ ਸੀ, ਮੈਨੂੰ ਨਹੀਂ ਲੱਗਦਾ ਉਹ ਸਭ ਕੁਛ ਭੁੱਲ ਜਾਂਦੇ ਸੀ, ਹੀ ਯੂਜ਼ ਟੂ ਬੀ ਇਨ ਹਿਸ ਕੈਰੇਕਟਰ। ਸੋ ਮੈਂ ਬਹੁਤ ਐਡਮਾਇਰ ਕਰਦੀ ਹਾਂ ਇਹ ਚੀਜ਼। ਪਰ ਵੈਸੇ ਜਿਹੜੇ ਜਿਹੜੇ ਏਰੀਏ 'ਚੋਂ ਕਰਮਜੀਤ ਬਾਈ ਹੋਣੀ ਹੈਗੇ, ਇਹਨਾਂ ਦੇ ਵਿੱਚ ਉੱਚੀ ਜੀ ਕਿੱਥੇ ਹੁੰਦੀ ਆ? ਅੱਛਾ, ਮਾਈਕ ਪਿੱਛੇ ਦੇ ਦੋ ਜਰਾ ਇਹਨਾਂ ਨੂੰ, ਮੈਮ ਨੂੰ ਦੇ ਦੋ। ਕਿਵੇਂ ਦਾ ਲੱਗਿਆ ਮੈਮ ਤੁਹਾਨੂੰ ਕੰਮ ਕਰਕੇ ਇਸ ਫਿਲਮ ਦੇ ਵਿੱਚ? ਵੈਸੇ ਤਾਂ ਤੁਹਾਡੇ ਰੋਲ ਹਰ ਫਿਲਮ ਦੇ ਵਿੱਚ ਬੜੇ ਸਿੰਸੀਅਰ ਜੀ ਮੰਮਾ ਵਾਲੇ ਰੋਲ ਹੁੰਦੇ ਨੇ, ਮਾਂ ਵਾਲੇ ਨਾ, ਇਸ ਫਿਲਮ 'ਚ ਕਿਵੇਂ ਦਾ ਰੋਲ ਹੈ ਤੁਹਾਡਾ? ਨਹੀਂ, ਮੇਰਾ ਫੇਰ ਸਿੰਸੀਅਰ ਹੀ ਹੈ, ਮੈਂ ਸਾਊ ਜੀ ਮੰਮਾ, ਗਿੱਪੀ ਦੀ ਮਦਰ ਹਾਂ ਮੈਂ, ਅਤੇ ਉਹਦੇ ਵਿੱਚ ਮੇਰਾ ਕੋਈ ਇੱਦਾਂ ਦਾ ਸਾਊ ਮੁੰਡਾ, ਬਸ ਉਹ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਹੈ ਮੁੰਡੇ ਖੁੰਡੇ ਚੱਕਰਾਂ 'ਚ ਪੈ ਜਾਂਦੇ ਨੇ, ਕੁੜੀ ਦੇ ਚੱਕਰ 'ਚ ਪੈ ਜਾਂਦੇ ਨੇ, ਫਿਰ ਚੱਲ ਉਹ ਚੱਲਦਾ ਸੁੱਖ ਨਾਲ। ਮੈਨੂੰ ਤਾਂ ਖੁਸ਼ੀ ਹੈ ਵੀ ਸੋਹਣੀ ਜੀ ਕੁੜੀ ਪਸੰਦ ਕੀਤੀ ਹੈ, ਮੇਰਾ ਕੰਮ ਕਰਤਾ ਪੂਰਾ।
ਅੱਛਾ ਸਰ ਨੂੰ ਦੇ ਦਿਓ ਮਾਈਕ ਜਰਾ ਜੀ ਆ ਇਹ ਤਾਂ ਸਾਡਾ ਜਵਾਈ ਹੈ ਸੁਣ ਵਾਲੇ ਇਹ ਜੇ ਜਵਾਈ ਤੁਸੀਂ ਆ ਕੇ ਖੱਟੇ ਰੰਗ ਦੀ ਸ਼ਰਟ ਤੇ ਹਰੇ ਰੰਗ ਦੀ ਪੈਂਟ ਖੱਟਾ ਹਰੇ ਸ਼ਰਟ ਕੀ ਬਾਤ ਹੈ ਵੇਖ ਕਿਆ ਦੱਸੋ ਜੋ ਬੈਠ ਜਾ ਜੀਜਾ ਉਹ ਜੀਜਾ ਵੀ ਜਿਹੜਾ ਜੀਜਾ ਹੁੰਦਾ ਹੈ ਉਹਨੂੰ ਤਾਂ ਚਾਦਰ ਵਿਛਾ ਕੇ ਬਿਠਾਉਂਦੇ ਆ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਹੇ ਜੀ ਜੀ ਇੱਜ਼ਤ ਹੁੰਦੀ ਹੈ ਤੇ ਗੁਲਾਬੀ ਜੇ ਤੂੰ ਚਾਹਣਾ ਤਾਂ ਅਸੀਂ ਚਾਦਰ ਨੂੰ ਵਿਛਾ ਕੇ ਉਹਨੂੰ ਇਹਦਾ ਨਾਂ ਚਾਦਰ ਤੇ ਗੁਲਾਬੀ ਰੰਗ ਦੀ ਪੱਗ ਇਵੇਂ ਦਾ ਤੁਹਾਡਾ ਫਿਲਮ ਦੇ ਵਿੱਚ ਹੈਗਾ ਕਿਵੇਂ ਦਾ ਕਿਰਦਾਰ ਹੈ ਵੈਸੇ ਤਾਂ ਤੁਸੀਂ ਬਹੁਤ ਜ਼ਿਆਦਾ ਸੋਹਣੇ ਮੈਨੂੰ ਤਾਂ ਹੁਣ ਵੀ ਹਾਸਾ ਹੀ ਆ ਰਿਹਾ ਤੁਸੀਂ ਮੈਨੂੰ ਹੁਣ ਹਾਸਾ ਆ ਜਾਣਾ ਤੁਸੀਂ ਹੁਣ ਕੁਝ ਬੋਲੋ ਬਹੁਤ ਪਿਆਰਾ ਸਿੰਡਲ ਗਿਆ ਹਲੋ ਸਿੰਡਲ ਹੈ ਬਸ ਮੈਨੂੰ ਸਿੰਡਲ ਕਿਸੇ ਨੇ ਨਹੀਂ ਕਹਿਣਾ ਸਮਝ ਗਏ ਜਾਂ ਸਮਝਾਵਾਂ ਸੋ ਇਹੋ ਜਿਹਾ ਕਰੈਕਟਰ ਹੈ ਜੀ ਬਹੁਤ ਵਧੀਆ ਲੱਗ ਰਿਹਾ ਬਾਈ ਨੇ ਸਪੈਸ਼ਲੀ ਮੈਨੂੰ ਚੁਣਿਆ ਇਸ ਕਰੈਕਟਰ ਲਈ ਪਰਾਉਣਾ ਲੱਭ ਲੈਂਦੇ ਪਰਾਉਣੇ ਨੂੰ ਅਕਲ ਉਕਲ ਹੁੰਦੀ ਨਹੀਂ ਐਵੇਂ ਇੱਕ ਉਹਦੀ ਸੁਣਦਾ ਹੈ ਨੀਗਾ ਆਪਣੀ ਘਰ ਵਾਲੀ ਤੇ ਰੋਹ ਪਣੀ ਜਾਂਦਾ ਸਾਨੂੰ ਹੈਗੀ ਅਕਲ ਇਸ ਫਿਲਮ ਚ ਕਿ ਨਹੀਂ ਹਾਂਜੀ ਦੇਖੋ ਆਪਣੀ ਗੱਲ ਨਹੀਂ ਮੈਂ ਆਪਣੀ ਯਾਰ ਮੈਨੂੰ ਯਾਰ ਉਹ ਗੱਲ ਸਮਝਾਵਾਂ ਫਿਰ ਮਾਲ ਦੀ ਗੱਲ ਆ ਉਹ ਗੱਲਾਂ ਛਦਾਈਆਂ ਵਾਲੇ ਘੱਟ ਮੈਂ ਘੱਟ ਛਦਾਈਆਂ ਸੁਣੋ ਗੱਲ ਇਹ ਆ ਜੀ ਮੇਰੀ ਕੋਈ ਸੁਣਦਾ ਹੈ ਨਹੀਂ ਹੈ ਨਾ ਪਰਾਹੁਣੇ ਲੱਭ ਲੈਂਦੇ ਸਿਰਫ ਉਹਦੀ ਸੁਣਦੀ ਕੌਣ ਆ ਉਹਦੀ ਘਰ ਵਾਲੀ ਉਹਦੀ ਵਿਚਾਰੀ ਦੀ ਉੱਥੇ ਰੋਬ ਰੂਬ ਮਾਰ ਕੇ ਹਟ ਜਾਂਦਾ ਹੁਣ ਜਦੋਂ ਮੇਲ 'ਚ ਗਏ ਹੁੰਦੇ ਆ ਉੱਥੇ ਵਿਆਹ ਹੁੰਦਾ ਕੁੜੀ ਦਾ ਅਤੇ ਜਾ ਕੇ ਆਪਣੀ ਘਰ ਵਾਲੀ ਦੇ ਮੇਲ 'ਚ ਤੁਰਿਆ ਫਿਰਨ ਤਿਆਰ ਤੁਰ ਹੋਣ ਡਿਆ ਹੁੰਦਾ ਆਪਣੀ ਘਰ ਵਾਲੀ ਦੇ ਰੋਹ ਪੈ ਜਾਂਦਾ ਉਹ ਉਹਨੂੰ ਐਵੇਂ ਮਤਲਬ ਕਿ ਦੂਜਿਆਂ ਦੇ ਰੋਹ ਪਾਉਣੇ ਕਹਿੰਦਾ ਕਮਾਲ ਕਰਦਾ ਮੈਨੂੰ ਸੰਗਲੀ ਪਾ ਲਾ ਮੈਨੂੰ ਪਤਾ ਪਾ ਲਾ ਉਹ ਕਮਾਲ ਕਰਦੀ ਵਿਆਹ ਵਾਲਾ ਘਰ ਆ ਸੌ ਕੰਮ ਹੁੰਦੇ ਕਦੇ ਉੱਥੇ ਜਾਣਾ ਕਦੇ ਇੱਥੇ ਜਾਣਾ ਤੈਨੂੰ ਦੱਸ ਕੇ ਜਮਾਂ ਵੱਡੀ ਜਾਣਦਾ ਵੀ ਨੂੰ ਉਹ ਕਹਿੰਦੀ ਆਇਆ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਰੋਕਿਆ ਹੀ ਨਹੀਂ ਕਹਿੰਦਾ ਮੈਨੂੰ ਵੀ ਪਤਾ ਰੋਕਿਆ ਨਹੀਂ ਪਰ ਪਤਾ ਲੱਗਣਾ ਚਾਹੀਦਾ ਮੈਂ ਵੱਡਾ ਪਰਾਉਣਾ ਤੁਰਿਆ ਫਿਰਦਾ ਮੈਂ ਸਮਝ ਗਏ ਸਮਝਾਵਾਂ ਮੈਂ ਕਿੱਦਾਂ ਦਾ ਕਰੈਕਟਰ ਆ ਵੀ ਹਰ ਐਵੇਂ ਚੰਗਾ ਭਲਾ ਭੱਠੀ ਦੇ ਕੰਮ ਕਰ ਦਿੰਦੇ ਸਾਧੂ ਹੁਣ ਮੈਂ ਪੂਰੇ ਛਾਉਣ ਡੇ ਹੁੰਦੇ ਦੱਸਿਆ ਕਮਾਲ ਕਰਦੇ ਆ ਆਪ ਬੋਲਦੇ ਹੁੰਦੇ ਨਹੀਂ ਬੋਲਦੇ ਵੀ ਸਮਝ ਗਏ ਜੇ ਸਮਝਾਵਾਂ ਚੱਕੋ ਮੈਂ ਜਿਹਨੂੰ ਬੋਲਣਾ ਜੀਰਾ ਚੁੱਪ ਨੀ ਕਰੋ ਮੈਂ ਬੋਤਲ ਮਾਰਨੀ ਸਿਰ ਚ ਭਰੀ ਹੋਈ ਮੈਂ ਤੇਰੇ ਕੋਲ ਤਾਂ ਪਕੌੜੀਆਂ ਖਾਣੀਆਂ ਸਾਧੂ ਰਾਮਾ ਅਰਦਾਸ ਚ ਵੀ ਦਾਰੂ ਪੀ ਕੇ ਸਾਡਾ ਖੂਨ ਪੀਤਾ ਇਸ ਫਿਲਮ ਚ ਵੀ ਤੁਸੀਂ ਦੇਖ ਰਹੇ ਹੋ ਵੀ ਆ ਸਿੱਖ ਕਾਰਤਿਕ ਮਾਨ ਤੂੰ ਕਸਮ ਐਡਾ ਸੋਹਣਾ ਬਾਅਦ ਫਿਰ ਦੁਬਾਰਾ ਵਹਿਜਾ ਵਹਿਜਾ ਅਸੀਂ ਜਦੋਂ ਨਵਾਂ ਰੋਲ ਲਿਖਣ ਲੱਗਦੇ ਹਾਂ ਕੋਈ ਵੀ ਜਦੋਂ ਅਸੀਂ ਹੁਣ ਅਗਲੀਆਂ ਫਿਲਮਾਂ ਤੇ ਗੱਲ ਕਰਦੇ ਹਾਂ ਕਹਿੰਦੇ ਆਹ ਰੋਲ ਸੋਈ ਸਾਹਿਬ ਦਾ ਮੈਂ ਕਹਿੰਦੀ ਨਹੀਂ ਇਹ ਨਹੀਂ ਹੋ ਸਕਦਾ ਕਹਿੰਦੀ ਗੱਲ ਕਹਿੰਦੀ ਤਾਂ ਦਾਰੂ ਇਹ ਨਹੀਂ ਪੀਂਦਾ ਹੋਰ ਵੀ ਕਰ ਲੈ ਤੇਰੇ ਬਲੰਦਰ ਇਹਨੇ ਤਾਂ ਦਾਰੂ ਨਹੀਂ ਪੀਂਦਾ ਹਾਂਜੀ ਤੁਸੀਂ ਦੱਸੋ ਸਰ ਕਿਵੇਂ ਦਾ ਰੋਲ ਆ ਤੁਹਾਡਾ ਬਹੁਤ ਵਧੀਆ ਮੇਰਾ ਰੋਲ ਲਿਖਿਆ ਜੀ ਮੈਨੂੰ ਲੱਗਦਾ ਤੁਹਾਡਾ ਸੀਰੀਅਸ ਜਿਹਾ ਹੀ ਰੋਲ ਆ ਨਹੀਂ ਨਹੀਂ ਸੀਰੀਅਸ ਰੋਲ ਨਹੀਂ ਮੈਂ ਉਹ ਉਸ ਜ਼ਮਾਨੇ ਦੀ ਗੱਲ ਹੈ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਛੇੜੂ ਨੌਕਰ ਲਾਏ ਜਾਂਦੇ ਸੀਗੇ ਤੇ ਉਹ ਕਿਸੇ ਘਰ ਦੇ ਲੱਗਦੇ ਆ ਤਾਂ 10-15 ਸਾਲ ਲੱਗੇ ਰਹਿੰਦੇ ਸੀ ਤਾਂ ਫਿਰ ਉਹਨੂੰ ਘਰ ਦਾ ਪਤਾ ਹੁੰਦਾ ਸੀ ਵੀ ਇੱਥੇ ਚੀਜ਼ ਆ ਪਈ ਹੈ ਤਾਂ ਫਿਰ ਵਿਸ਼ਵਾਸ ਕਰਨ ਲੱਗ ਪੈਂਦੇ ਜਿਵੇਂ ਮੈਂ ਗੀਤ ਰੋਣੀ ਜੀ ਤੇ ਇਹਨਾਂ ਦਾ ਮੈਂ ਮਤਲਬ ਉਹ ਸੀਰੀ ਹੈ ਉਹ ਮੁਖਤਿਆਰ ਬਣ ਜਾਂਦਾ ਕਿਸਮ ਦਾ ਉਹਨੂੰ ਪਤਾ ਹੁੰਦਾ ਇੱਥੇ ਚੀਜ਼ ਆ ਪਈ ਆ ਤਾਂ ਫਿਰ ਜਦੋਂ ਵਿਆਹ ਹੁੰਦਾ ਫਿਰ ਮੈਂ ਛੜਾ ਬੰਦਾ ਮੱਛਰ ਜਾਂਦਾ ਜੀ ਮੈਂ ਜਨਾਨੀ ਨੂੰ ਕਹਿ ਦੇਣਾ ਯਾਰ ਤੈਨੂੰ ਦੱਸਾਂ ਉਹ ਤੇ ਉਹ ਪਿਆ ਸਾਡੇ ਪੈਲਸਾਂ ਚ ਸਾਡੇ ਵਿਆਹ ਹੁੰਦਾ ਤਾਂ ਅਸੀਂ ਸੋਚਦੇ ਜੋ ਜਾਂਦੇ ਜਾਂਦੇ 2 ਘੰਟਿਆਂ ਬਾਅਦ ਅਸੀਂ ਸੋਚਦੇ ਯਾਰ ਭੂਆ ਦਾ ਮੁੰਡਾ ਆਇਆ ਸੀ ਹਾਂ ਹਾਂ ਉਹ ਚਲਾ ਗਿਆ ਹੁਣ ਜਦੋਂ ਇਹ ਮੰਜੇ ਬਿਸਤਰੇ ਦਾ ਮਤਲਬ ਇਹ ਹੈ ਕਿ ਆਇਆ ਆ ਜੀ ਨਾਨਕੇ ਆ ਗਈ ਆਹ ਦਾਦਕੇ ਆ ਗਏ ਆ ਜੀ ਜਵਾਈ ਆ ਗਿਆ ਸਾਰੇ ਰਿਸ਼ਤੇ ਜੁੜਦੇ ਨੇ ਆਉਣ ਵਾਲੀ ਪਨੀਰੀ ਨੂੰ ਪਤਾ ਲੱਗੂਗਾ
कि रिश्ते की होंगे। एक्चुअली गिप्पी वीर जी ने एक बहुत ही वधिया कंसैप्ट आने वाली पनीरी नू दसन का मतलब बहुत वड्डा यतन किया और यह सफल होगा, सफल होगा, लोग चाहते भी है, उन्होंने अखा उन्होंने सुकून मिलेगा मंजे बिस्तरे कट्ठे करने का। कई मैं तो लगता पता भी नहीं होना अजकल दिन तो पता ही नहीं होना भी ब्याह वाले पुराने वाले मंजे बिस्तरे कि कट्ठे किए जाते हैं। परसों चौथा जी नहीं पता है अजकल की परसों चौथा बापू की जिम्मेवारी टाइप फीलिंग है ते बापू फिर जिदी धी का ब्याह होंगे थोड़ा सीरियस होंगे ही सवाल सीरियस है बापू कुर्सी डाके बैठा रहता बापू घरे चलो हासे ठठे की गल है पर मैं जी गल कहनी चाहना वो ये है कि असी जो पंजाबी लोग हाँ असी पंजाबी मशहूर हाँ हासे ठठे के लिए खुले सुभावों के लिए मशहूर हाँ कि साढ़े सुभाव बड़े खुले ने असी खुलदे लोग हाँ खुल के जीवन तो खुल के खाने वाले लोग हाँ जिहड़ा समा तेजी का समा समय की दौड़ पई है उन्हें साडे सुभावों को कंजस्टड करता साडे घरों को कंजस्टड करता सानू जिहड़ा साडा दायरा सी उहनू कंजस्टड करता साडे अलग अलग रंग सी जिहड़े इस फिल्म के राही मंजे बिस्तरे फिल्म के राही गिप्पी गरेवाल ने वह अलग अलग रंग दिखाने की कोशिश की है साडी नवीं जनरेशन कि जिहड़े साडे सुभा सी पंजाबियों के उन्हां दे की रंग सी उन्हां विच जिवें हलवाई आउंदा है वह हलवाई का की रंग सी एक स्पीकर वाला आउंदा है उहदा की रंग सी तो एक प्रौहना आता है ब्याह के प्रौहने का की रंग से कोई गुआढ़ी आता है जैलू का करैक्टर बाईजी कर रहे की रंग से एक जुम्मेवार मुंडा जिहड़ा जग्गी ब्याह च काम कराने लिए आता है समझ के कि मेरी भी भैन का ब्याह तो लोग कभी गेट पा के रख रहे सो इदा बोली ने एक रोल हर किरदार ने उन्होंने खुल के दिखाया रंग ने जो आज की जिंदगी चो मिस हो के रंग ने मतलब गुआच के रंग उन्हें रंगों को इकट्ठे करने की कोशिश की है। मैं समझना बड़ी चंगी कोशिश हंबल मोशन पिक्चर के राही दूजी साड़ी फिल्म है अरदास तो बाद बहुत चंगा हुंगारा मिलिया लोगों ने बहुत प्यार किया उस तरह ये फिल्म जी है ये लोगों जितने हसाऊगी उत्थे लोगों को बड़ा मैसेज देकर जाऊगी बड़ी अच्छी फिल्म गिप्पी गरेवाल की बड़ी चंगी कोशिश है बहुत बहुत मेहरबानी। मैनू तो ए लगन लग गया जिमें मैं रैली च आया होना भी भाषण सुन रहा चलो हम अगे आ सरीला साहब का चल मैं बोली जाना हो मैं खो खो के बोली जाना मैं सरीले मैं अपने आप ही मैं पता थी भी बेचती हूँ मलकियत जी ने जो गल कही मैं थोड़ा जो होर ऐड करा जो मैं छोटा हों ना जी तो साढ़े ऐदा हों कि दो महीने की छुट्टियां होनके जावे या दादी जी देके जावे हूँ जदों बच्चों छुट्टियां होंगे तो वह कहें मॉल लेके चलोगे पापा हिल स्टेशन तो दूर की गल है मॉल और हूँ जिदा का अजकल ज समा चल रहा है एक एक बच्चा दो दो बच्चे या खास कर ऐदा ही चल रही है ना फैमिली ते मैं कई बार सोचता है कि चाचा की हुंदा है भूआ की हुंदी है ये बाद विच लोकी पुछया करेंगे। थैंक्स टू गिप्पी इन्हें सारे रिश्तों के बारे दस्या भी भूआ की हुंदी है फुफड़ की हुंदा है चाचा की हुंदा मामा की हुंदा हुण तां अंकल ही बन गए आंटियां ही बन गए हरेक कोई तो यह रिश्तों जोड़न वाली फिल्म है और मेरा ख्याल है कि मैं हुण ही पहला भी एक इंटरव्यू च कह के हटिया और परमात्मा ये सुख रखे कि जे हिंदी फिल्मां 100-100 करोड़ कमांदियां है मैं शर्त यह कहंदा है ये मंजे बिस्तरे भी 100 करोड़ तो घट नहीं कमा। क्या बात मैं क्या जदों बाहरले जवाकां ने फिल्म देखनी आ उन्हें कहने पापा इदां दा जीजा हुंदा है थैंक गॉड साडे जीजा नहीं हैगा। अगली गल जी किन्ना तंग कर सकता बंदे नूं मैं बहुत नाइस बंदा वा कौम बंदा वा
बाकी इंटरव्यू पंजाबी चले एक बंदा साडी गल अंग्रेजी च करूगा तू अपने करैक्टर बारे अंग्रेजी दसना माड़ा जा पता लग जा सानू सारी भाषा आउंदी आ इहना सोच लैण वी सानू भाषा इहनू चीनी आउंदी आ चीनी बोल के दिखा चीनी 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 हाँ हम उम्मीद तू आपका करैक्टर अंग्रेजी च दसना My character is very, very fantastic and an amazing character, best yeah. character of every character. And he has a very allergy problems. his nostrils always leaking. And then the old guy always getting beat up, you know, and then he doesn't know how to make barfi and stuff like that. ਸਾਡਾ ਚੇਲਾ ਏ ਜੋ ਅਸੀਂ ਬੋਲਦੇ ਹਾਂ ਉਹ ਨੀ ਸਮਝ ਆਉਣੀ ਤੁਹਾਨੂੰ ਹਾਂ ਛੋਟੀ ਏ ਵੀ ਸੀ ਮੈਂ ਇੱਥੋਂ ਸਿੱਖੀ ਆ ਚਲੋ ਬਸ ਠੀਕ ਆ ਹੋ ਗਿਆ ਕਰੈਕਟਰ ਅੱਗੇ ਬੋਲੀ ਚੱਲ ਤੂੰ ਚੱਲ ਵੀ ਅੱਗੇ ਆਈ ਵੁੱਡ ਲਾਈਕ ਟੂ ਠੀਕ ਆ ਬਸ ਠੀਕ ਆ ਪੰਜਾਬੀ ਚ ਬੋਲਣਾ ਤਾਂ ਦੋ ਮਿੰਟ ਲਈ ਮੈਕ ਮਿਲੂਗਾ ਤੇਰਾ ਤਾਂ ਮੂੰਹ ਉੜਿਆ ਨੇ ਵਾਂਗਾ ਸ਼ੂ ਗਿਆ ਜੀ ਬੋਲ ਲਈ ਬਾਅਦ ਚ ਪਹਿਲਾਂ ਦੱਸ ਤੇਰੀ ਬੇਬੇ ਦਾ ਕੀ ਹਾਲ ਹੈ ਚੰਗੀ ਠੀਕ ਯਾਰ ਮੇਰੀ ਗੱਲ ਸੁਣ ਲਓ ਤੁਸੀਂ ਮੇਰੀ ਮੰਮੀ ਨੂੰ ਨਾ ਹਰੇ ਗੱਲ ਦੇ ਵਿੱਚ ਘੜੀਸਿਆ ਕਰੋ ਉਹਨੇ ਵਿਚਾਰੀ ਨੇ ਥੋੜਾ ਕੀ ਵਿਗਾੜਿਆ ਸਾਡਾ ਇਹ ਵਿਗਾੜਿਆ ਵੀ ਉਹਨੇ ਤੈਨੂੰ ਜੰਮਤਾ करैक्टर होंगे पिंड भट्ठी एक बच्चा आंदा जिसे सारे चाचे ताए आंदे तुहानू छेड़दे रहिंदे देखो साडे करैक्टर इन्ने ज्यादा ने हरेक बंदा अपनी अपनी गल दसदा पतंदर दो सीन सुणांदा मैनूं ऐ लगण लग गया वी हुण तां मैं खड़ा होके कह दा एंड दे विच आ हुंदा चलो भाई बस खत्म कहानी सो मैनू लगदा कोई होर मुद्दे वाली गल करो कोई बोली बाली पाओ भंगड़े भंगड़े पाओ प्रोग्राम खत्म करिए यार बहुत टाइम हो गया यार अपना मेन बंदा तो रह ही गया यार मेरी वारी आ गई शुक्र है मैं तो सोचा से भी जितना सर जाने मेरे पीछे रह मेरे तक आने तो बैटरी मुक जानी है पानी की बारी होती है उदे तक तो पानी पहुंचे पहले चेपा भर के आपके बाली जहाज मैं तो मलकीत राणी जी जिन्हां दे घर दे विच विआह वा ते इह सारा साडा जिहड़ा मेल हैगा उस जहाज दे विच चढ़िया ते तुसीं वी आ जाओ जिन्ने पार लंघना ते जहाज चलिया है 14 तरीक नूं मंजे बिस्तरे इकट्ठे करने सारे ने रल के मौजा करनिया सच्ची मैनू ते इंज ही लगन लग पिया जिवें सच्ची मुची दा विआह मैं ते अज वी इन्हां नूं उतरन खत्तियां नूं कहण दी ते घर जा के जी नहीं लगना हुण की करांगे क्या बात है थैंक यू सो मच बहुत वधिया लग्या थोड़े सारे दे नाल गल करके ते वाहिगुरु जी अगे ब्लैस कर दे कि थोड़ी फिल्म जी सुपर डुपर हिट होवे ते 14 अप्रैल नू मैं भी जाके करूंगी इकट्ठे मंजे बिस्तरे वाह ताड़ियां सारे दे लई थैंक यू